ਇੱਕ ਮਹਾਤਮਾ ਨੇ ਇੱਕ ਨੌਜਵਾਨ ਨੂੰ ਆਖਿਆ ਸੀ ਵੀ ਤੂੰ ਪਾਪ ਦੀ ਕਿਰਤ ਕਰਦਾ ਕਿਸ ਵਾਸਤੇ? ਕਹਿੰਦਾ ਜੀ ਬੱਚਿਆਂ ਲਈ, ਪਤਨੀ ਲਈ, ਮਾਂ ਬਾਪ ਲਈ, ਸਾਰਿਆਂ ਲਈ। ਉਹ ਕਹਿੰਦੇ ਇਹਨਾਂ ਲਈ ਕਿਰਤ ਕਰਦਾ ਤੇ ਲੇਖਾ ਤੇ ਤੈਨੂੰ ਦੇਣਾ ਪਏਗਾ। ਕਹਿੰਦਾ ਨਹੀਂ ਜੀ, ਜਿੰਨਾ ਉਹ ਮੇਰੇ ਨਾਲ ਪਿਆਰ ਕਰਦੇ ਨੇ ਮੈਨੂੰ ਪਤਾ, ਮੇਰੇ ਲਈ ਤੇ ਉਹ ਸਭ ਕੁਝ ਵਾਰਨ ਨੂੰ ਤਿਆਰ ਨੇ। ਇੱਕ ਗਾਥਾ ਹੈ ਸਮਝਾਉਣ ਲਈ, ਸ਼ਾਇਦ ਟੁੱਟ ਜੇ ਕਿਸੇ ਦਾ ਕੰਮ, ਮੋਹ ਦਾ ਬੰਧਨ ਟੁੱਟ ਜੇ। ਜਗਤ ਮੈਂ ਝੂਠੀ ਦੇਖੀ ਪ੍ਰੀ, ਕ੍ਰਿਸ਼ਨ ਜੀ ਵੇਲੇ ਕਿਹੜਾ ਚੜ੍ਹਾਈ ਕਰ ਗਿਆ ਸੀ ਤੇ ਫਿਰ ਉਹ ਬੜਾ ਵਿਰਲਾਪ ਕੀਤਾ ਤੇ ਫਿਰ ਦਰਗਾਹ ਤੋਂ ਬੁਲਾ ਕੇ ਤੇ ਫਿਰ ਗੱਲ ਕਰਾਤੀ ਕ੍ਰਿਸ਼ਨ ਜੀ ਨੇ ਕਿ ਕਿੰਨੀ ਵਾਰੀ ਤੂੰ ਮੇਰਾ ਪਿਓ ਬਣਿਆ, ਮੈਂ ਤੇਰਾ ਪੁੱਤਰ ਬਣਿਆ, ਇਹਦੇ ਤੁਰਿਆ ਆ ਰਿਹਾ ਆਖੋ ਸੱਤ ਨਾਮ ਕਿਤੇ ਫਸਿਆ ਨਿਕਲ ਬਾਹਰ। ਆ ਕਪਾਟ ਖੁੱਲ ਜੇ, ਉਹ ਨੌਜਵਾਨ ਨਹੀਂ ਮੰਨਿਆ ਜੀ, ਨਹੀਂ ਜੀ ਮੇਰਾ ਪਰਿਵਾਰ ਤੇ ਮੇਰਾ, ਮੈਨੂੰ ਪਤਾ ਜਿੰਨਾ ਪਿਆਰ। ਉਹਨਾਂ ਨੇ ਜੁਗਤੀ ਦੱਸਤੀ ਸਵਾਸ ਚੜ੍ਹਾਉਣ ਦੀ, ਵੀ ਸਵਾਸ ਚੜ੍ਹਾ ਲਈ ਤੇ ਉਹ ਸਮਝਣਗੇ ਮੌਤ ਹੋ ਗਈ ਹੈ ਤੇ ਤੂੰ ਸੁਣੇਗਾ ਸਾਰਾ। ਉਹਨੇ ਘਰ ਜਾ ਕੇ ਸਵਾਸ ਚੜ੍ਹਾ ਲਿਆ, ਸਾਰੇ ਘਰ ਚ ਰੋਣਾ ਪਿੱਟਣਾ ਪੈ ਗਿਆ, ਸਾਡਾ ਪੁੱਤਰ ਚਲਾ ਗਿਆ, ਤੇਰੀ ਜਗ੍ਹਾ ਮੈਂ ਮਰ ਜਾਂਦੀ, ਪਿਓ ਕਵੇ ਤੇਰੀ ਜਗ੍ਹਾ ਮੈਂ ਮਰ ਜਾਂਦਾ, ਭੈਣਾਂ ਭਰਾ ਜਨਾਨੀ ਸਭ ਕੁਝ ਕਹਿਣ। ਇਹਨੇ ਨੂੰ ਮਹਾਤਮਾ ਆ ਗਏ ਜਿਨ੍ਹਾਂ ਨੇ ਜੁਗਤੀ ਦੱਸੀ ਸੀ, ਮਹਾਤਮਾ ਜੀ ਕੁਝ ਕਰੋ, ਮਹਾਤਮਾ ਜੀ ਕੁਝ ਕਰੋ, ਕੁਝ ਸੁਣੋ। ਮਹਾਤਮਾ ਜੀ ਨੇ ਨਾ ਕਟੋਰਾ ਜਲ ਦਾ ਦਿੱਤਾ ਤੇ ਕਹਿਣ ਲੱਗੇ ਵੀ ਬੜਾ ਪਿਆਰ ਤੁਹਾਨੂੰ। ਹਾਂ ਜੀ ਬੜਾ ਪਿਆਰ। ਮਹਾਤਮਾ ਕਹਿੰਦੇ ਵੀ ਤੁਹਾਡੇ ਚੋਂ ਜਿਹੜਾ ਵੀ ਇਹ ਜਲ ਦਾ ਕਟੋਰਾ ਪੀ ਲਵੇ ਉਹ ਮਰ ਜਾਏਗਾ ਤੇ ਇਹ ਜਿੰਦਾ ਹੋ ਜਾਏਗਾ। ਸਤਨਾਮ। ਹੁਣ ਪਿਤਾ ਕਹਿੰਦਾ ਸੀ ਕਟੋਰਾ ਕੌਣ ਪੀ ਰਿਹਾ? ਆਖ ਸਤਨਾਮ। ਜਨਾਨੀ ਕਹਿੰਦੀ ਕਟੋਰਾ ਕੌਣ? ਹੁਣ ਉਹ ਸੁਣ ਰਿਹਾ, ਉਹਨੂੰ ਸਵਾਦ ਚੜ੍ਹਾਇਆ ਸੀ, ਤੈਨੂੰ ਦੱਸਣਾ ਵੀ ਕੌਣ ਕਿਸੇ ਦਾ ਸਗਾ। ਹੁਣ ਜਿਹੜੀ ਜਨਾਨੀ ਹੈ ਉਹ ਸੱਸ ਵੱਲ ਧੱਕਦੀ ਹੈ ਕਟੋਰਾ ਵੀ, ਮਾਤਾ ਜੀ ਤੁਹਾਡੀ ਉਮਰ ਲੰਘ ਗਈ ਹੈ ਤੇ ਤੁਸੀਂ? ਆਖ ਸਤਨਾਮ। ਕੁੜੀਏ ਭਾਵੇਂ ਲੰਘ ਗਈ ਹੈ ਪਰ ਮਰਨ ਨੂੰ ਕਹਿੰਦਾ ਦਿਲ ਕਰੇ, ਤੇਰਾ ਤੇ ਘਰ ਵਾਲਾ ਪਤੀਏ, ਤੇਰਾ ਰੋਲਾ ਸਭ ਤੋਂ ਜ਼ਿਆਦਾ ਸੀ, ਤੂੰ ਪੀ। ਕਹਿੰਦੇ ਕੋਈ ਨਾ ਪੀਵੇ ਗੱਜ ਕੇ ਆਖੋ ਜਗਤ ਮੈਂ ਦੇਖੀ। ਉਹ ਸੁਣ ਰਿਹਾ ਤੇ ਕਹਿੰਦੇ ਫਿਰ ਉਹਨੇ ਕੀ ਕੀਤਾ, ਘਰ ਵਾਲਿਆਂ ਨੇ ਕਹਿਣ ਲੱਗੇ ਮਾਂ ਪੁਰਸ਼ੋ, ਸੰਤ ਮਾਂ ਪੁਰਸ਼ ਹਮੇਸ਼ਾ ਪੁੰਨ ਦਾ ਕੰਮ ਕਰਦੇ ਨੇ, ਜੇ ਤੁਸੀਂ ਸਾਡੇ ਤੇ ਤਰਸ ਕੀਤਾ ਤੇ ਤੁਸੀਂ ਵੀ ਲੋ। ਸਤਨਾਮ। ਇਹ ਤੁਸੀਂ ਕਿਰਪਾ ਕਰ ਦਿਓ, ਤੁਹਾਡਾ ਤੇ ਕੰਮ ਹੀ ਹੈ ਦਇਆ ਕਰਨੀ, ਤੁਹਾਨੂੰ ਕਿਹੜਾ ਕੋਈ ਹੈ ਰੋਣ ਵਾਲਾ। ਮਹਾਂਪੁਰਸ਼ ਕਹਿੰਦੇ ਚੰਗਾ ਫਿਰ ਕਟੋਰਾ ਅਸੀਂ ਪੀਆਂਗੇ ਪਰ ਅਸੀਂ ਮਰਾਂਗੇ ਨਹੀਂ, ਇਹ ਵੀ ਜਿੰਦਾ ਹੋ ਜਾਏਗਾ। ਸਵਾਸ ਹੀ ਚੜਾਇਆ ਸੀ ਜੁਗਤੀ ਦੱਸੀ। ਮੈਂ ਰਾਮ ਰਾਏ ਦਾ ਇਤਿਹਾਸ ਪੜ੍ਹ ਰਿਹਾ ਸੀ, ਰਾਮ ਰਾਏ ਡੇਰਾਦੂਨ, ਇਹਨੇ ਵੀ ਸਵਾਸ ਚੜਾਇਆ ਸੀ ਤੇ ਪਤਨੀ ਰੋਲਾ ਪਾਪਾ ਥੱਕ ਗਈ ਸੀ, ਪਰ ਇਹਨਾਂ ਦੇ ਕੋਈ ਚੇਲੇ ਮਸੰਦਾਂ ਨੇ ਜਿੰਦਿਆਂ ਸਾੜਤਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬਚਨ ਵੀ ਸੀ ਜਿੰਦਿਆਂ ਸੜੇ, ਵਿਸ਼ਵਾਸ ਮਾਂ ਕੀ ਵੀ ਵਸਤਾ ਪਹੁੰਚ ਜਾਏ ਤੇ ਚੜ੍ਹ ਦੇਖਦੇ ਇਹਨਾਂ ਸਮਝਣਾ ਵੀ ਨਹੀਂ। ਸੰਤੋਖ ਸਰ ਗੁਰਦੁਆਰੇ ਦਾ ਇਤਿਹਾਸ ਪੜ੍ਹ ਲਓ, ਸੰਤੋਖ ਲਿਖੀ। ਖੈਰ ਇੱਧਰ ਨਾ ਜਾਵਾਂ, ਉਹਨੂੰ ਛਿੱਟਾ ਮਾਰਿਆ ਉੱਠ ਪਿਆ, ਸਵਾਸ ਚੜ੍ਹਾਏ ਸੀ,
ਤੇ ਹੁਣ ਉਹਨੂੰ ਪਾਸੇ ਲਿਜਾ ਕੇ ਪੁੱਛਦੇ ਨੇ ਦੱਸ ਜੋ ਕਿਰਤ ਵਿੱਚ ਦਿਨੇ ਰਾਤ ਝੂਠ ਸਭ ਕੁਝ ਕਰਦਾ ਇਸ ਪਰਿਵਾਰ ਲਈ ਹੈ ਕੋਈ ਤੇਰਾ। ਕਹਿਣ ਲੱਗਾ ਜੀ ਵਾਕੇ ਮੈਂ ਤੇ ਭੁਲੇਖੇ ਚ ਰਿਹਾ ਘਰ ਕੀ ਨਾਰ ਬਹੁਤ ਹਿੱਤ ਜਸ ਗੁਰਬਾਣੀ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ। ਇਹ ਧਿਆਨ ਦੇਣਾ ਜੀ ਇੱਕ ਮਿੰਟ, ਇੱਕ ਸਾਨੂੰ ਇਹ ਮੋਹ ਗਲਤ ਕੰਮ ਕਰਾਉਂਦਾ ਇਹ ਜੇ ਇੱਕ ਤੇ ਟੁੱਟ ਜੇ ਮੇਰਾ ਕੋਈ ਨਹੀਂ ਜੋ ਮੈਂ ਬੀਜਾਂਗਾ ਮੈਨੂੰ ਵੱਢਣਾ ਪੈਣਾ ਹਿਸਾਬ ਨਾਲ ਬੀਜਾਂ ਕਿਰਤ ਸਚਿਆਰਪਣ ਲਿਆਓ। ਗੁਰੂ ਨਾਨਕ